ਉਹ ਲੱਗਦਾ ਸਾਡੇ ਬਲਗਮ ਦੀਆਂ ਨਰਵਸ ਸਿਸਟਮ ਦੀਆਂ ਜੋ ਲੱਗਦਾ ਸਾਡੇ ਦਿਲ ਦੀਆਂ ਯਾਨੀ ਸੁਭਾਅ ਦੀਆਂ ਔਰ ਜੋ ਯਾਨੀ ਰਾਗਤ ਜਾਂ ਸੁਭਾਅ ਦੀਆਂ ਕੁੱਲ ਲੱਗਦਾ ਛੇ ਹੋ ਗਈ। ਪਹਿਲੇ ਇਹਨਾਂ ਦੀ ਪਹਿਚਾਣ ਕਰਨੀ ਹੈ ਕਿ ਬਲਗਮ ਦੀ ਨਰਵਸ ਕੀ ਹੈ, ਪੁਖਤਾ ਦੀ ਕੀ ਹੈ, ਖਾਣ ਦੀ ਕੀ ਹੈ, ਸੌਗਾ ਦੀ ਖਾਮ ਪੁਖਤਾ ਸ਼ੁਕਰਾ ਖਾਮ। ਉਸ ਤੋਂ ਬਾਅਦ ਕਿ ਹਰ ਉਮਰ ਦੇ ਅੰਦਰ ਇੱਕ ਨੌਜਵਾਨ ਹੈ ਉਹਦੀ ਨਫ਼ਰ ਜਵਾਤੀ ਹੁੰਦੀ ਹੈ, ਉਹਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਜਵਾਤੀ ਬੁੱਧੀ ਨਫ਼ਰ ਕੀ ਹੁੰਦੀ ਹੈ। ਪਹਿਲੀਆਂ ਨਫ਼ਰਾਂ ਪਹਿਚਾਣ ਹੋ ਗਈ ਹੈ ਅਤੇ ਉਹਨੂੰ ਸਮਝ ਆ ਜਾਏਗੀ ਕਿਹੋ ਜਿਹੀ ਹੁੰਦੀ ਹੈ। ਔਰ ਜਵਾਨ ਹੈ ਉਹਦੀ ਨਫ਼ਰ ਬੁੱਧੀ ਸਜ਼ਾਤੀ ਉਹਦੀ ਸਮਝ ਹੋਣੀ ਚਾਹੀਦੀ ਹੈ ਕਿ ਜਵਾਤੀ ਬੁੱਧੀ ਨਫ਼ਰ ਕਿਹੋ ਜਿਹੀ ਹੁੰਦੀ ਹੈ। ਅਗਰ ਉਹ ਹਾਮਲਾ ਹੈ ਤਾਂ ਉਹਦੀ ਨਫ਼ਰ ਬੁੱਧੀ ਸਾਬੀ ਹੈ, ਉਹਦੇ ਸੇਮ ਚ ਹੋਣੀ ਚਾਹੀਦੀ ਕਿ ਬੁੱਧੀ ਸਾਬੀ ਨਫ਼ਰ ਦੀ ਪਹਿਚਾਣ ਇਹ ਸੇਬ ਦੀਆਂ ਨਫ਼ਰਾਂ ਬਿਆਨ ਹੋ ਰਹੀ। ਇਸ ਵਿੱਚ ਛੋਟਾ ਬੱਚਾ ਦੁੱਧ ਪੀ ਰਿਹਾ ਉਹਦੀ ਨਫ਼ਰ ਸਾਬੀ ਹੁੰਦੀ ਹੈ, ਹੋਣਾ ਚਾਹੀਦਾ ਕਿ ਸਾਡੀ ਕੀ ਨਫ਼ਰ ਕਿਉਂਕਿ ਉਹਦੀ ਰੁਚੀ ਕਿੱਥੇ ਆਉਂਦੀ ਹੈ ਕਿਵੇਂ ਪਛਾਣੀ ਜਾਂਦੀ ਹੈ। ਦੁੱਧ ਛੱਡ ਕੇ ਜਦੋਂ ਜਵਾਨੀ ਸਿਰਫ ਜਾ ਰਿਹਾ ਉਸ ਨਫ਼ਰ ਦਾ ਉਹਨੂੰ ਅਦਾ ਹੋਣਾ ਚਾਹੀਦਾ ਕਿ ਨਫ਼ਰ ਕਿਹੋ ਜਿਹੀ ਹੁੰਦੀ ਹੈ। ਇਸ ਬਾਅਦ ਇੱਕ ਬੁਢਾਪਾ ਆ ਗਿਆ ਹੈ, ਬੁਢਾਪੇ ਦੀ ਨਫ਼ਰ ਯਾਨੀ ਇਹ ਛੇ ਨਫ਼ਰਾਂ ਨੂੰ ਉਮਰ ਮਿਆਰੀ ਯਾਦ ਹੋਣੀ ਚਾਹੀਦੀ। ਉਹ ਉਹਦੇ ਕੋਈ ਬੰਦਾ ਆ ਗਿਆ ਜਿਹੜਾ ਵੀ ਆ ਗਿਆ ਸਭ ਤੋਂ ਪਹਿਲੇ ਉਹਦੀ ਨਜ਼ਰ 'ਚ ਗੱਲ ਜਿਹੜੀ ਕਿ ਇਸ ਬੰਦੇ ਦੀ ਸਹੀ ਬਾਰੇ ਨਾ ਹੋਈ। ਨੌਜਵਾਨ ਆ ਗਿਆ ਉਹ ਸਮਝੇ ਕਿ ਇਹਦੀ ਨਫ਼ਰ ਉਸ ਬੰਦੇ ਹੁੰਦੀ ਹੈ। ਜਵਾਨ ਔਰਤ ਆ ਕੇ ਬੈਠੀ ਹੈ ਅਤੇ ਜੇ ਉਸ ਗੱਲ ਪਹਿਲੇ ਆਉਣੀ ਚਾਹੀਦੀ ਕਿ ਇਹਦੀ ਨਫ਼ਰ ਅਸਰ ਜਿਹੜੀ ਹੈ ਨਾ ਬੁੱਧੀ ਜਲਾਤੀ ਹੈ। ਅਗਰ ਉਹ ਔਰਤ ਬੁੱਧੀ ਜਲਾਤੀ ਹੈ ਤਾਂ ਤੁਸੀਂ ਉਹਦੀ ਨਫ਼ਰ ਦੀ ਅਗਰ ਤੁਹਾਨੂੰ ਪਹਿਚਾਣ ਹੈ ਤੁਸੀਂ ਉਹਦੀ ਨਫ਼ਰ ਦੇਖ ਕੇ ਤੁਸੀਂ ਕਹਿ ਦਿਓ ਕਿ ਤੂੰ ਠੀਕ ਹੈ। ਅਗਰ ਤੁਹਾਨੂੰ ਪਹਿਚਾਣ ਹੈ ਕਿ ਉਸਲਾਤੀ ਬੁੱਧੀ ਨਫ਼ਰ ਕਿਹੋ ਜਿਹੀ ਹੁੰਦੀ ਹੈ ਅਤੇ ਜਦੋਂ ਨੌਜਵਾਨ ਤੁਹਾਡੇ ਕੋਲ ਆ ਕੇ ਬੈਠਾ ਹੈ ਤੁਸੀਂ ਉਹਦੀ ਨਫ਼ਰ 'ਤੇ ਪੂਰਾ ਰੱਖ ਕੇ ਤੁਸੀਂ ਕਹਿ ਸਕਦੇ ਹੋ ਭਾਜੀ ਤੁਸੀਂ ਠੀਕ ਹੋ ਦਵਾਈ ਕਰ ਦਿੰਦੇ ਹੋ ਜੀ। ਔਰ ਐਸਾ ਨਹੀਂ ਹੁੰਦਾ, ਹੋਵੇਗਾ ਹੀ ਨਹੀਂ, ਕਾਨੂੰਨ ਹੀ ਨਹੀਂ ਕਿ ਇੱਕ ਨੌਜਵਾਨ ਬੰਦਾ ਹੋਵੇ ਉਹਦੀ ਨਫ਼ਰ ਉਸਲਾਤੀ ਬੁੱਧੀ ਹੋਵੇ ਅਤੇ ਬਿਮਾਰ ਹੋਵੇ ਹੋਵੇਗਾ ਹੀ ਨਹੀਂ। ਸਿਹਤ ਵਾਲੀ ਨਫ਼ਰ ਜੋ ਹੈ ਸਮਝਾ ਲਿਆ ਹੁਣ ਛੇ ਨਫ਼ਰਾਂ ਸਿਹਤ ਵਾਲੀਆਂ ਯਾਦ ਕਰਨ ਤੋਂ ਬਾਅਦ ਹੁਣ ਹਰ ਸਿਹਤ ਵਾਲੀ ਨਫ਼ਰ ਵਿਗੜੇ ਤਾਂ ਬੰਦਾ ਬਿਮਾਰ ਹੋਏਗਾ। ਉਹਦੀਆਂ ਸਿਰਫ ਦੋ ਹੀ ਸਹੂਲਤਾਂ ਮਿਸਾਲ ਦੇ ਤੌਰ 'ਤੇ ਇੱਕ ਦੋ ਪਰੇਸ਼ਾਨ ਕਰ ਦੇਣਾ ਪ੍ਰਸ਼ਨ ਅਗਰ ਬੰਦਾ ਉਹਦੀ ਰਾਤੀ ਉੱਤੀ ਜਵਾਨ ਹੈ ਉਹਦੀ ਨਫ਼ਰ ਹੋਣੀ ਚਾਹੀਦੀ ਹੈ। ਅਗਰ ਉਹ ਚਾਵਲ ਸ਼ਰਬਤ ਮਿੱਠੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਸ਼ੁਰੂ ਕਰ ਦੇਗਾ ਤਾਂ ਉਹਦੀ ਨਫ਼ਰ ਅਸਾਬ ਦੀ ਤਰਫ ਇਸ਼ਾਰਾ ਦੇਣ ਲੱਗ ਜਾਂਦੀ ਉਹ ਜ਼ਲਾਤੀ ਸਾਬੀ ਵੀ ਹੋ ਸਕਦੀ ਹੈ, ਉਹ ਜ਼ਲਾਤੀ ਸਾਬੀ ਵੀ ਹੋ ਸਕਦੀ ਹੈ। ਉਹੀ ਗੱਲ ਜਿੰਨਾ ਯਾਨੀ ਜ਼ਿਆਦਾ ਲਵੇਗਾ ਉਹਨਾਂ ਉਹ ਸਾਬੀਅਤ ਵੱਲ ਹੀ ਚਲਾ ਜਾਏਗਾ, ਅਗਰ ਉਹ ਥੋੜ੍ਹਾ ਬਹੁਤ ਲਵੇਗਾ ਤਾਂ ਫਿਰ ਉਹ ਗੁਲਾਬੀ ਸਾਬੀ ਤੱਕ ਆ ਜਾਏਗਾ, ਨਹੀਂ ਲਵੇਗਾ ਜਾਂ ਬਿਰਿਆਨੀ ਵਗੈਰਾ ਖਾਏਗਾ ਉਹ ਗੁਲਾਬੀ ਸਾਬੀ ਹੋ ਜਾਏਗਾ। ਜੇ ਪਿਓਰ ਸ਼ਰਬਤ ਨਹੀਂ ਲੱਗ ਗਿਆ ਮਿੱਠੀਆਂ ਚੀਜ਼ਾਂ ਨਾਲ ਲੱਗ ਪਿਆ ਸਾਫ ਫਿਰ ਉਹਦੀ ਨਫ਼ਰ ਸਾਫ ਹੋ ਜਾਏਗੀ। ਲੇਕਿਨ ਜਿਹੜੀ ਨਫ਼ਰ ਸਿਹਤ ਵਾਲੀ ਹੁੰਦੀ ਹੈ ਉਹ ਹੋਰ ਹੁੰਦੀ ਹੈ ਅਤੇ ਮਾਧਵ ਵਾਲੀ ਜਿਹੜੀ ਨਫ਼ਰ ਹੁੰਦੀ ਹੈ ਉਹਦੀ ਪੂਜਾ ਹੋਊਗੀ ਉਹਦੇ ਨਾਲ ਹਾਲਤ ਜਿਹੜੀ ਹੁੰਦੀ ਹੈ ਪਹਿਚਾਣ ਦੀ ਲੋੜ ਕੋਈ ਨਹੀਂ। ਇਹ ਨਫ਼ਰ ਜਿਹੜੀ ਸਿਹਤ ਵਾਲੀ ਉਸ ਵਾਜੀ ਹੁੰਦੀ ਉਹ ਨਹੀਂ ਰਹੀ ਜੀ, ਇਹ ਨਫ਼ਰ ਚਲੀ ਗਈ ਹੈ ਕਿਸਾਨ। ਹੁਣ ਅੱਜ ਇੱਥੇ ਅਸੀਂ ਤਸਕਰਾ ਕਰਾਂਗੇ ਕਿ ਸਿਹਤ ਵਾਲੀ ਨਫ਼ਰ ਦੀ ਪਹਿਚਾਣ ਕਿਵੇਂ ਕਰੀਏ। ਪਛਾਣ ਚਲੀ ਗਈ
ਤੇ ਜਾਂ ਫਿਰ ਉਸ ਬੰਦੇ ਦੀ ਨਬਜ਼ ਅੱਗੇ ਨੂੰ ਚਲੀ ਗਈ, ਉਹਨੇ ਬੁੱਧੀ ਚੀਜ਼ਾਂ ਕਰਮ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰ ਲਿਆ, ਅੱਗੇ ਚਲੀ ਗਈ। ਇਸ ਤਰ੍ਹਾਂ ਜਵਾਨ ਔਰਤ ਹੈ, ਉਹਦੀ ਨਬਜ਼ ਬੁੱਧੀ ਚਲਾਤੀ ਹੈ, ਪਰ ਬੁੱਧੀ ਚਲਾਤੀ ਨਬਜ਼ ਜਾਂ ਉਹਦੀ ਅੱਗੇ ਸਾਹ ਵੱਲ ਚਲੀ ਜਾਏਗੀ ਜਾਂ ਔਲਾਦ ਵੱਲ ਚਲੀ ਜਾਏਗੀ। ਬਸ ਇਹ ਦੋ ਸੂਰਤਾਂ ਹਰ ਨਬਜ਼ ਦੀਆਂ ਸਮਝ ਲੈਣੀਆਂ ਨੇ, ਤੀਸਰੀ ਸੂਰਤ ਹੋਰ ਹੈ। ਹੁਣ ਇੱਥੇ ਸਿਹਤ ਵਾਲੀ ਨਬਜ਼ ਨੂੰ ਪਹਿਚਾਣ ਕੇ ਅਸੀਂ ਇਹ ਦਾਅਵਾ ਕਰਨਾ ਨਾ ਕਿ ਅਗਾਂਹ ਲੈ ਕੇ ਜਿੰਨਾ ਜਿਹੜਾ ਨੌਜਵਾਨ ਸ਼ਖਸ ਉਹਦੀ ਨਬਜ਼ ਤਿੰਨ ਉਂਗਲਾਂ ਦੇ ਹੋਏ ਨਮਲੀਏ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਮੁਸ਼ਕਲ ਨੇ, ਔਖੀਆਂ ਨੇ। ਇੱਥੇ ਇਨਸਾਨ ਜ਼ਿਆਦਾ ਖੁੰਝਦਾ ਹੈ, ਜ਼ਿਆਦਾ ਪਰੇਸ਼ਾਨੀ ਦਾ ਸ਼ਿਕਾਰ ਹੁੰਦਾ ਹੈ। ਜਿਹੜੀ ਤਹਿਕੀਕ ਸਾਬਰ ਸਾਹਿਬ ਦੇ ਨਜ਼ਰੀਏ ਤੋਂ ਹੋਈ ਜਾਂ ਉਹ ਗੌਰ ਵ ਫਿਕਰ ਦੇ ਅੰਦਰ ਆਈ ਕਿ ਤਿੰਨ ਉਂਗਲਾਂ ਦੇ ਨਬਜ਼ ਮਹਿਸੂਸ ਹੋਣ ਵਾਲੀ ਸਿਰਫ ਉਜਲਾਤੀ ਬੁੱਧੀ ਹੀ ਹੋ ਸਕਦੀ ਹੈ। ਚਾਰ ਉਂਗਲਾਂ ਦੇ ਨਬਜ਼ ਮਹਿਸੂਸ ਹੋਣ ਵਾਲੇ ਸਿਰਫ ਉਹ ਬੁੱਧੀ ਉਸਲਾਤੀ ਹੀ ਹੋ ਸਕਦੀ ਹੈ। ਇਸ ਤਰ੍ਹਾਂ ਜਿਹੜੀਆਂ ਥੱਲੇ ਦੋ ਉਂਗਲਾਂ ਦੇ ਦਬਾਅ ਦੇ ਕੇ ਜਿਹੜੀ ਨਬਜ਼ ਮਹਿਸੂਸ ਹੋਵੇ, ਇਹ ਦਰਮਿਆਨ ਵਾਲੀ ਸੈਂਟਰ 'ਚ ਦਰਮਿਆਨ 'ਚ ਮਹਿਸੂਸ ਹੋਵੇ, ਉਹ ਸਵਾਏ ਬੁੱਧੀ ਸਾਧੀ ਹੋ ਰਹੀ ਹੋ ਸਕਦੀ, ਚਾਹੇ ਉਹ ਮਰਨ ਦੀ ਹੋਵੇ ਚਾਹੇ ਔਰਤ ਦੀ ਹੋਵੇ। ਇਸ ਤਰ੍ਹਾਂ ਜਿਹੜੀ ਉਂਗਲੀ ਦੇ ਸਭ ਤੋਂ ਥੱਲੇ ਖੋੜੇ ਦੇ ਨਬਜ਼ ਨੀਚੇ ਕਰਕੇ ਮਹਿਸੂਸ ਹੋਵੇ ਇੱਕ ਉਂਗਲੀ ਦੇ, ਉਹ ਸਵਾਏ ਸਾਬੀ ਬੁੱਧੀ ਤੋਂ ਹੋਰ ਕੋਈ ਨਹੀਂ ਹੋ ਸਕਦੀ। ਐਸਾ ਨਹੀਂ ਹੋਏਗਾ ਕਿ ਨਬਜ਼ ਤਿੰਨ ਉਂਗਲਾਂ 'ਤੇ ਹੋਵੇ ਅਤੇ ਸਾਬੀ ਹੋਵੇ, ਇੰਝ ਨਹੀਂ ਹੋਏਗਾ। ਜਾਂ ਨਬਜ਼ ਇੱਕ ਉਂਗਲ 'ਤੇ ਹੋਵੇ ਤੁਹਾਨੂੰ ਸਲਾਦੀ ਕਹਿੰਦੀ ਹੋਏਗਾ ਹੀ ਨਹੀਂ। ਅਗਰ ਉਹੀ ਨਬਜ਼ ਉੱਪਰ ਆ ਗਈ ਹੈ ਦਬਾਅ ਦੇਣ ਤੋਂ ਬਗੈਰ ਉੱਪਰ ਨਸਲ ਹੋ ਰਹੀ ਹੈ, ਉਹ ਅਸਾਬੀ ਸਲਾਦੀ ਹੈ। ਇੱਕ ਉਂਗਲੀ 'ਤੇ ਜਿਹੜੀ ਨਬਜ਼ ਉੱਪਰ ਮਹਿਸੂਸ ਹੋ ਰਹੀ ਹੈ ਸਿਵਾਏ ਅਸਾਬੀ ਉਜਲਾਤੀ ਤੋਂ ਹੋਰ ਕੋਈ ਹੋ ਸਕਦੀ ਹੈ। ਔਰ ਜਿਹੜੀ ਦੋ ਉਂਗਲਾਂ 'ਤੇ ਇਹ ਪਹਿਲੀਆਂ ਦੋ ਉਂਗਲਾਂ 'ਤੇ ਨਬਜ਼ ਮਹਿਸੂਸ ਹੋਵੇ ਉਹ ਬੁਢਾਪੇ ਦੀ ਨਬਜ਼ ਹੁੰਦੀ ਹੈ। ਲੇਕਿਨ ਜਿਹੜੀ ਸਿਹਤ ਵਾਲੀ ਪਹਿਲੀ ਨਬਜ਼ ਹੈ ਬੁਢਾਪਾ ਮਰਜ਼ 'ਤੇ ਨਹੀਂ ਲੇਕਿਨ ਸਿਹਤ ਦਾ ਹਿੱਸਾ ਵੀ ਨਹੀਂ, ਉਹ ਇੱਕ ਆਦਮੀ ਦੇ ਜਿਸਮ ਦੇ ਅੰਦਰ ਇਸ ਸਮੇਂ ਲੋਕ ਦੀਆਂ ਭੁੱਖਾਂ ਟੁੱਟ ਰਹੀਆਂ ਨੇ ਅਤੇ ਉਹ ਦਿਨ ਬ ਦਿਨ ਕਮਜ਼ੋਰ ਹੀ ਤਰਫ ਜਾ ਰਿਹਾ। ਦੋ ਮਿੰਟਾਂ 'ਤੇ ਜਿਹੜੀ ਨਬਜ਼ ਹੋਏਗੀ ਉਹ ਸਵਾਏ ਉਜਲਾਤੀ ਸਾਡੀ ਨੂੰ ਹੋਰ ਕੋਈ ਨਹੀਂ ਸਕਦੀ। ਅਗਰ ਉਹ ਹਕੂਮਤ ਵਾਲੀ ਮੌਜੂਦ ਹੈ, ਤਾਕਤ ਵਾਲੀ ਮੌਜੂਦ ਹੈ, ਫਿਰ ਉਹ ਇਸ ਸਮੇਂ ਲੋਕ ਜਵਾਨੀ ਤੋਂ ਪਹਿਲੇ ਵੀ ਹੈ ਅਤੇ ਜੇ ਉਹਦੇ 'ਚ ਕੂਕਤਾਂ ਨਹੀਂ ਰਹੀਆਂ ਥੋੜ੍ਹਾ ਜਿਹਾ ਤਜਰਬਾ ਬਣ ਲੈ, ਫਿਰ ਉਹ ਬੁਢਾਪੇ ਦੀ ਨਬਜ਼ ਹੈ ਭਾਵੇਂ ਉਹ ਗੁਰਕਾ ਪਾ ਕੇ ਬੰਦਾ ਬੈਠਾ ਹੋਵੇ ਜੀ। ਤੁਸੀਂ ਨਬਜ਼ ਵੇਖ ਕੇ ਕਹਿ ਸਕਦੇ ਜੀ ਜਵਾਤੀ ਸਕਦੀ ਅੱਲਾ ਦਾ ਫੈਸਲ ਹੈ, ਇਹ ਬੁਢਾਪੇ ਦੀ ਨਬਜ਼ ਹੈ ਭਾਵੇਂ ਡਿੱਗੀ ਇਹਦੇ ਮਗਰ ਬਣ ਲੈ। ਇਹ ਪਹਿਚਾਣ ਨਬਜ਼ਾਂ ਦੀ ਮੌਤ ਤੋਂ ਬਾਅਦ ਹੁਣ ਨਬਜ਼ਾਂ ਵਿਗੜ ਗਈਆਂ ਜਾਂ ਉਹ ਨਬਜ਼ ਅੱਗੇ ਗਈ ਅਤੇ ਜਾਂ ਪਿੱਛੇ ਗਈ। ਅਗਰ ਪਿੱਛੇ ਗਈ ਤਾਂ ਨਬਜ਼ ਪਿਛਲੀਆਂ ਜਿਹੜੀਆਂ ਦੋ ਨਬਜ਼ਾਂ ਨੇ ਉਜਲਾਤੀ ਸਾਬੀ ਅਤੇ ਸਾਬੀ ਉਜਲਾਤੀ ਇਹ ਹੁਣ ਉਹਦੇ ਇਸ਼ਾਰਾ ਦੇ
और अगर उसकी नमत अगे चली गई है तो फिर वो चार उंगली के अंदर आ गई और जो अगे जाएगी तो फिर उसकी सलाती हो जाए उसकी साधी हो जाए यानी वो चार हो जाए या चार तो मेल कट जाए آسان جا علم ہے آسان کی ترتیب ہے آسان کی مل ہے ہوں جی نمک بگڑ گئی ہے مشان الواقف کی نمک ہے اور وہ ہوں بگڑی ہے وہ ہو گئی ہے فضلاتی صافی یا اصافی الواقف یا ہو گئی ہے بدھی سلاتی یا بدھی صافی ہر بگڑی نمک جی تمہیں محسوس ہو گئے ارتھ کرو उजलाती उदी नवत एक उंगल के आगे ठीक है इस एक उंगल के ऊपर नवत जड़ी के आगे है इधे अगू छह दर्जे ने मर जे दो दे आ गई है तभी छह दर्जे ने जो चार दे टुट गई है फिर भी मरण ने छह दर्जे जे वो उदी साथी हो गई फिर भी छह दर्जे बल्कि मरीज दसना है और इंशाल्लाह मुकम्मल तौर हर गल दुरुस्त दस सकोगे सही दस सकोगे कोई भान नहीं होएगा ना कौन होएगा तो ना अगला जरा कहता है सेहत दिया अपना यानी साड़ी बुनियाद ही है सेहत दिया अपना मुकम्मल अपने जीवन के बिठाने के बाद फिर उम्र दिया अपना यही सेहत भी होगी पहचान है भी उस बाद उस नबत के बिगड़ने की सूरत समय आ गई जो अगे गई है पिछे गई है फिर वो देखो दर्जे सामने आ गए ठीक है छे दर्जे सामने आ गए और छह दर्जे दिया अगला सिस्टम जो है अगले साल के पढ़ना में छे दर्जे सारो कि होंगे जोड़े हाँ मैं क्या कौन पढ़ना ये हम 15 मिनट में हमको बोलने